दिल्ली सिख गुरुद्वारा मैनेजमेंट के अध्यक्ष हरमीत सिंह कालका का कंगना रनावत के बयान पर प्रतिक्रिया। बीजेपी पार्टी हाईकमान को इस पर संज्ञान लेना चाहिए, क्योंकि संत जरनैल भिंडरावाला को लेकर जिस तरीके से बयान दिया है, ये सिख कभी बर्दाश्त नहीं करेगा। फिल्म चले या ना चले, हम इस पर नहीं जानते, लेकिन जो सीन गलत है उसको हटाया जाना चाहिए। दिल्ली कमेटी इस बयान पर कानूनी कार्रवाई करेगी। ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਅਧਿਅਕਸ਼ ਸ਼੍ਰੀ JP ਨੱਡਾ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕੰਗਨਾ ਰਨੌਤ ਜਿਹੜੀ ਹਰ ਵਕਤ ਬਿਨਾਂ ਸੋਚੇ ਸਮਝੇ ਇੱਕ ਕੌਂਟਰੋਵਰਸੀ ਸਟੇਟਮੈਂਟਸ ਦਿੰਦੀ ਹੈ, ਔਰ ਖਾਸ ਤੌਰ ਦੇ ਉੱਤੇ ਜਿਹੜਾ ਸਿੱਖ ਕੌਮ ਦੇ ਨਾਲ ਇੱਕ ਹੈਟਡਨੈਸ ਫੈਲਾ ਰਹੀ ਹੈ, ਉਹਦੇ ਦਿਲ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੇ ਪ੍ਰਤੀ, ਉਹ ਵਾਰ ਵਾਰ ਕੈਮਰਿਆਂ ਦੇ ਉੱਤੇ ਲਿਆ ਕੇ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਸ ਪ੍ਰਗਟ ਹੋ ਰਿਹਾ। ਔਰ ਮੈਂ ਕੰਗਨਾ ਜੀ ਨੂੰ ਵੀ ਕਹਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨਬਾਜ਼ੀਆਂ ਦੇ ਰਹੇ ਹੋ ਆਪਣੀ ਪਿਕਚਰ ਨੂੰ ਪ੍ਰਮੋਟ ਕਰਨ ਵਾਸਤੇ, ਤੁਸੀਂ ਇਹ ਕੋਝੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ, ਸਾਨੂੰ ਕੁਛ ਨਹੀਂ ਲੈਣਾ ਦੇਣਾ ਤੁਹਾਡੀ ਪਿਕਚਰ ਚੱਲੇ ਨਾ ਚੱਲੇ, ਉਹਦੇ 'ਚ ਹੈ ਕਿ ਨਹੀਂ ਹੈ। ਸਾਡਾ ਸਾਰਿਆਂ ਦਾ ਸਿੱਖ ਪੰਥ ਦਾ ਬਹੁਤ ਵੱਡਾ ਇੱਕ ਰੋਸ ਹੈ ਕਿ ਜਿਹਦੇ ਵਿੱਚ ਸਿੱਖਾਂ ਦੇ ਕਿਰਦਾਰ ਔਰ ਸਿੱਖਾਂ ਦੇ 20ਵੀਂ ਸਦੀ ਦੇ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਵਾਰ ਵਾਰ ਉਹਨਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ, ਤੁਸੀਂ ਕੱਲ੍ਹ ਵੀ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਸ਼ੋਅ ਦੇ ਉੱਤੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਤੰਕਵਾਦੀ ਸੀ ਔਰ ਉਹ ਖਾਲਿਸਤਾਨ ਦੀ ਮੰਗ ਕਰਦਾ ਸੀ। ਮੈਨੂੰ ਜੇ ਹਿਸਟਰੀ ਨਾਲ ਤੁਸੀਂ ਵੀ ਜਾਣੂ ਔਰ ਪਿਕਚਰ ਵੀ ਬਣਾਈ ਹੈ, ਤੁਸੀਂ ਕਹਿ ਰਹੇ ਹੋ ਉਹਦੇ 'ਚ ਕਿ ਅਸੀਂ, ਮੈਂ ਬੜੇ ਹਿਸਟੋਰੀਅਨਸ ਦੇ ਨਾਲ ਬੈਠ ਕੇ ਪਿਕਚਰ ਬਣਾਈ ਹੈ, ਅਤੇ ਮੈਨੂੰ ਇੱਕ ਇੰਸੀਡੈਂਸ ਦੱਸ ਦੇਣ, ਸਰਕਾਰੀ ਰਿਕਾਰਡ ਦੱਸ ਦੇਣ ਕਿ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਖਾਲਿਸਤਾਨ ਦੀ ਮੰਗ ਕੀਤੀ ਹੋਏ। ਖਾਮ ਖਾਂ ਕਿਸੇ ਦੇ ਵਾਰ ਵਾਰ ਇੱਕ ਗੱਲ ਕਰਕੇ ਉਹਦੇ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਸੰਤ ਜਰਨੈਲ ਸਿੰਘ ਦਾ, ਔਰ ਉਹਨਾਂ ਦੇ ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਰਹੇ ਆ, ਔਰ ਉਹ ਟਕਸਾਲ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਹਿਲਾ ਮੁਖੀ ਬਾਬਾ ਦੀਪ ਸਿੰਘ ਨੂੰ ਬਣਾਇਆ ਸੀ। ਸੋ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬਿਆਨਬਾਜ਼ੀਆਂ ਕਰ ਰਹੇ ਹੋ ਉਹਦੇ ਵਿੱਚ ਸਿੱਖਾਂ ਦੇ ਵਿੱਚ ਤਾਂ ਰੋਸ ਹੈ, ਮਗਰ ਸਿੱਖਾਂ ਦੇ ਨਾਲ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਸਾਰੇ ਭਰਾਵਾਂ ਦੇ ਨਾਲ, ਜਿਹੜੀ ਇਸ ਦੇਸ਼ ਦੀ ਅਮਨ ਸ਼ਾਂਤੀ ਦੀ, ਉਹਦੇ ਵਿੱਚ ਬੜੀ ਵੱਡੀ ਠੇਸ ਪਹੁੰਚਦੀ ਹੈ। ਲੋਕ ਕਈ ਇਹਦਾ ਗਲਤ ਫਾਇਦਾ ਚੁੱਕ ਕੇ ਉਹਨੂੰ ਪ੍ਰੋਵੋਕ ਵੀ ਕਰਦੇ ਨੇ। ਸੋ ਇਸ ਕਰਕੇ ਤੁਹਾਨੂੰ ਵਾਰ ਵਾਰ ਅਸੀਂ ਬੇਨਤੀ ਕਰ ਰਹੇ ਹਾਂ, ਤੁਹਾਡੀ ਪਿਕਚਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਜਿਹੜੇ ਜਿਹੜੀਆਂ ਉਹਦੇ ਵਿੱਚ ਓਬਜੈਕਸ਼ਨੇਬਲ ਸੀਨਸ ਨੇ ਉਹਨੂੰ ਕਟਾਓ ਔਰ ਆਪਣੀ ਪਿਕਚਰ ਚਲਾਓ, ਸਾਡਾ ਕੋਈ ਲੈਣਾ ਦੇਣਾ ਨਹੀਂ। ਮਗਰ ਤੁਸੀਂ ਇੱਕ ਕਿਰਦਾਰ ਦੀ ਖਿਲਾਫ ਵਾਰ ਵਾਰ ਗੱਲਾਂ ਕਰੋਗੇ ਤਾਂ ਮੈਨੂੰ ਲੱਗਦਾ ਕਿ ਫਿਰ ਸਿੱਖ ਜਗਤ ਦੇ ਵਿੱਚ ਉਹਦਾ ਰੋਸ ਆਉਣਾ ਵੀ ਜਾਇਜ਼ ਹੋਏਗਾ। ਔਰ ਮੈਂ ਫਿਰ ਤੋਂ ਬੇਨਤੀ ਕਰਾਂਗਾ, ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ, ਸਾਨੂੰ ਬੜਾ ਉਹਨਾਂ ਦੇ ਬਾਰੇ ਸੋਚ ਸਮਝ ਕੇ ਅਸੀਂ ਸ਼ਬਦਾਂ ਦੀ ਇਸਤੇਮਾਲ ਕਰ ਰਹੇ ਹਾਂ, ਮਗਰ ਇਹੋ ਜਿਹੇ ਸ਼ਬਦਾਂ ਲਈ ਕੰਗਨਾ ਜੀ ਤੁਸੀਂ ਹੱਕਦਾਰ ਹੋ ਨਹੀਂ, ਮਗਰ ਸੰਗਤ ਨੇ ਤੁਹਾਨੂੰ ਚੁਣ ਕੇ ਭੇਜਿਆ। ਸੋ ਮੈਂ ਤੁਹਾਡੀ ਹਾਈਕਮਾਂਡ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੇ ਖਿਲਾਫ਼ ਜਿਹੜਾ ਵੀ ਬੰਦਾ ਕਾਰਵਾਈ ਹੋਈ ਜ਼ਰੂਰ ਕਰਨੀ ਚਾਹੀਦੀ। ਤੁਹਾਨੂੰ ਨਹੀਂ ਲੱਗਦਾ ਲੀਗਲ ਐਕਸ਼ਨ ਲੈ ਲੈਣਾ ਚਾਹੀਦਾ, ਕਿਉਂਕਿ ਤੀਜੀ ਵਾਰ ਔਰ ਦੂਸਰਾ ਉਹਨਾਂ ਨੇ ਕਿਹਾ ਮੇਰੇ ਕੋਲ ਡਾਟਾ ਐਨਲਾਈਜ਼ ਵੀ ਹੈਗਾ ਕਿ ਪੰਜਾਬ ਦੇ ਵਿੱਚ ਵੀ ਲੋਕ ਉਹਨਾਂ ਨੂੰ ਸੰਤ ਨਹੀਂ ਮੰਨਦੇ, ਆਤੰਕਵਾਦੀ ਮੰਨਦੇ। ਦੇਖੋ ਬਿਲਕੁਲ ਇਹਦੇ ਉੱਤੇ ਲੀਗਲ ਕਾਰਵਾਈ ਵੀ ਹੋਣੀ ਚਾਹੀਦੀ ਔਰ ਅਸੀਂ ਆਪਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਆਪਣੇ ਲੀਗਲ ਐਕਸਪਰਟਸ ਨਾਲ ਗੱਲ ਕਰਕੇ ਇਹਦੀ ਕਾਰਵਾਈ ਕਰਨ ਦੀ ਵੀ ਗੱਲ ਕਰਾਂਗੇ, ਇਹਨਾਂ ਨੂੰ ਨੋਟਿਸ ਵੀ ਭੇਜਾਂਗੇ ਔਰ ਜਿਹੜੀਆਂ ਇਹਨਾਂ ਕੋਲੋਂ ਕੋਈ ਇਹੋ ਜਿਹੇ ਪੁਖਤਾ ਸਬੂਤ ਨੇ ਉਹ ਜਨਤਕ ਕਰ ਦੇਣ। ਸਾਰਾ ਦਿਨ ਮੀਡੀਆ ਦੇ ਅੱਗੇ ਬੈਠ ਕੇ ਅਗਰ ਇਹੋ ਜਿਹੀਆਂ ਗੱਲਾਂ ਕਰਦੇ ਨੇ ਤਾਂ ਜਨਤਕ ਕਰ ਦੇਣ, ਮਗਰ ਵਾਰ ਵਾਰ ਸਾਡੀ ਸਿੱਖ ਕੌਮ ਦੇ ਜਰਨੈਲਾਂ ਦੇ ਬਾਰੇ ਗਲਤ ਗੱਲ ਕਰਨਾ, ਗਲਤ ਸ਼ਬਦਾਵਲੀ ਇਸਤੇਮਾਲ ਕਰਨਾ, ਜਿਸ ਬੀਬੀ ਨੂੰ ਗੁਰਦੁਆਰੇ ਔਰ ਮੰਦਿਰ ਦੇ ਵਿੱਚ ਨਹੀਂ ਫਰਕ,
ਪਤਾ ਅਤੇ ਉਹ ਅੱਜ ਕਵੇ ਜੀ ਕਿ ਮੈਂ ਇਸ ਇਤਿਹਾਸ ਆਪਣੇ ਦੇਸ਼ ਦੇ ਇਤਿਹਾਸ ਦੇ ਉੱਤੇ ਪਿਕਚਰ ਬਣਾ ਰਹੀ ਹਾਂ, ਤਾਂ ਮੈਂ ਸਮਝਦਾ ਕਿੰਨੀ ਕੁ ਉਹਦੀ ਸਮਝ ਹੈ। ਇਹ ਸਾਰਿਆਂ ਨੂੰ ਸਮਝ ਜਾਣੀ ਚਾਹੀਦੀ।